ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਕਰਨ ਪਿੰਡਾਂ ਤੇ ਹਲਕਿਆਂ ਦੇ ਵਿੱਚ ਜਾ ਰਹੇ ਭਾਜਪਾ ਆਗੂਆਂ ਨੂੰ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ। ਇਸੇ ਕੜੀ ਦੇ ਵਿੱਚ ਜਲਾਲਾਬਾਦ ਵਿੱਚ ਭਾਜਪਾ ਉਮੀਦਵਾਰ ਰਾਣਾ ਸੋਢੀ ਵੱਲੋਂ ਕੱਢੇ ਗਏ ਰੋਡ ਸ਼ੋਅ ਦੇ ਦੌਰਾਨ ਵੱਡੀ ਤਾਦਾਦ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਉਹਨਾਂ ਦਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇੰਨਾ ਹੀ ਨਹੀਂ, ਇੱਕ ਦੁੱਕਾ ਥਾਵਾਂ ਦੇ ਪੁਲਿਸ ਅਤੇ ਕਿਸਾਨਾਂ ਦੇ ਵਿਚਾਲੇ ਝੜਪ ਹੋਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਨੇ। ਦਰਅਸਲ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਵੱਲੋਂ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ, ਜਿਸ ਤੋਂ ਬਾਅਦ ਰਾਣਾ ਗੁਰਮੀਤ ਸਿੰਘ ਸੋਢੀ ਅੱਜ ਆਪਣਾ ਰੋਡ ਸ਼ੋਅ ਕਰਨ ਦੇ ਲਈ ਜਲਾਲਾਬਾਦ ਪਹੁੰਚੇ। ਇਸ ਤੋਂ ਪਹਿਲਾਂ ਕਿ ਉਹ ਜਲਾਲਾਬਾਦ ਵਿੱਚ ਦਾਖਲ ਹੁੰਦੇ, ਉਸ ਤੋਂ ਪਹਿਲਾਂ ਹੀ ਕਿਸਾਨਾਂ ਦੇ ਵਿਰੋਧ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਗਿਆ। ਵਿਰੋਧ ਦੇ ਲਈ ਕਈ ਥਾਵਾਂ ਤੇ ਕਿਸਾਨ ਜਥੇਬੰਦੀਆਂ ਤੇ ਕਿਸਾਨ ਇਕੱਠੇ ਹੋ ਗਏ ਸਨ। ਹਾਲਾਂਕਿ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ, ਇਸ ਕਾਰਨ ਵੱਡੀ ਗਿਣਤੀ ਦੇ ਵਿੱਚ ਪਹਿਲਾਂ ਹੀ ਅਹਿਤਿਆਤਨ ਪੁਲਿਸ ਬਲ ਤੈਨਾਤ ਕੀਤਾ ਗਿਆ ਸੀ ਤੇ ਬੈਰੀਗੇਟਿੰਗ ਕੀਤੀ ਗਈ ਸੀ। ਕਿਸਾਨਾਂ ਦੇ ਵਿੱਚ ਭਾਰਤ ਦੀ ਮੋਦੀ ਸਰਕਾਰ ਪ੍ਰਤੀ ਨਾਰਾਜ਼ਗੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਹਰਿਆਣਾ ਸਰਹੱਦ ਤੇ ਬੀਜੇਪੀ ਸਰਕਾਰ ਵੱਲੋਂ ਕਿਸਾਨਾਂ ਤੇ ਤਸ਼ੱਦਦ ਢਾਇਆ ਗਿਆ, ਉਹਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ। ਕਿਸਾਨੀ ਮੰਗਾਂ ਮੰਨਣ ਤੋਂ ਭਾਰਤ ਦੀ ਕੇਂਦਰ ਸਰਕਾਰ ਇਨਕਾਰੀ ਹੋਈ ਬੈਠੀ ਹੈ ਤੇ ਇਸੇ ਗੱਲੋਂ ਉਹ ਭਾਜਪਾ ਦਾ ਵਿਰੋਧ ਕਰ ਰਹੇ ਨੇ। ਜਲਾਲਾਬਾਦ ਦੇ ਵਿੱਚ ਚੋਣ ਪ੍ਰਚਾਰ ਕਰਨ ਆਏ ਸੀ, ਜਿਸ ਤਰ੍ਹਾਂ ਉਹਨਾਂ ਨੇ ਸਾਡੇ ਕਿਸਾਨਾਂ ਨਾਲ ਕੀਤੀ ਹੈਗੀ ਆ, ਸਾਡੇ ਕਿਸਾਨਾਂ ਦੇ ਉੱਤੇ ਸਿੱਧੀਆਂ ਗੋਲੀਆਂ ਵਰਾਈਆਂ, ਉਸੇ ਤਰ੍ਹਾਂ ਸਾਡੇ ਕਿਸਾਨਾਂ ਨੇ ਅੱਜ ਜਲਾਲਾਬਾਦ ਸ਼ਹਿਰ ਦੇ ਵਿੱਚ ਉਹਨੂੰ ਭਜਾਇਆ, ਉਹਦਾ ਜਲੂਸ ਕੱਢਿਆ, ਰੱਜ ਕੇ ਲੋਕਾਂ ਨੇ ਠਾਣ ਲਈ ਹੈ ਜਿਹੜੀ ਕਿਸਾਨਾਂ ਮਜ਼ਦੂਰਾਂ ਦੀ ਸਰਕਾਰ ਨਹੀਂ ਹੋ ਸਕਦੀ, ਉਹ ਲੋਕਾਂ ਦੇ ਵਿੱਚ ਆਉਣ ਦਾ ਕੋਈ ਹੱਕ ਨਹੀਂ ਰੱਖਦੀ, ਅਸੀਂ ਇਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਵਾਂਗੇ। ਕਰਨੀ ਚਾਹੀਦੀ ਜਿਹੜਾ ਝੂਠ ਬੋਲ ਕੇ ਸਾਰਾ ਦੇਸ਼ ਘੁੰਮ ਰਿਹਾ ਹੈ, ਅਸੀਂ ਇਸ ਤੇ ਕੈਂਡੀਡੇਟਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। ਇਹ ਮੋਦੀ ਜੋ ਕਿਸਾਨ ਮਜ਼ਦੂਰਾਂ ਵਿਰੋਧੀ, ਸਾਡੀਆਂ ਆਉਣ ਵਾਲੀਆਂ ਨਸਲਾਂ ਵਿਰੋਧੀ ਕਾਲੇ ਕਾਨੂੰਨ ਬਣਾ ਕੇ ਬੈਠਾ ਹੈ, ਇਹਨੂੰ ਕਦੇ ਵੀ ਸਹਿ ਨਹੀਂ ਕਰਾਂਗੇ। ਪਿੰਡਾਂ ਵਿੱਚ ਪੂਰੇ ਪੰਜਾਬ ਦੇ ਵਿੱਚ ਆਪਦਾ ਜਿਹੜਾ ਚੋਣ ਦਾ ਰਿਜ਼ਲਟ ਦੇ ਚੈੱਕ ਕਰ ਰਹੇ, ਕਹਿੰਦਾ ਰਿਜ਼ਲਟ ਕੀ ਹੋਵੇਗਾ, ਲਾਸਟ ਵਾਲੇ ਕੈਂਡੀਡੇਟਾਂ ਵਿੱਚ ਕਹਿੰਦਾ ਨਾ ਹੋਵੇਗਾ। ਸ਼ਰਮ ਆਉਣੀ ਚਾਹੀਦੀ ਸਾਡੇ ਹਲਕੇ ਦੇ ਆਪਦੇ ਆਪ ਨੂੰ ਲੋਕਾਂ ਦਾ ਮਸੀਹਾ ਕਹਿਣ ਵਾਲੇ ਰਾਣਾ ਸੋਢੀ ਨੂੰ, ਕਿ ਉਹਨਾਂ ਚੋਰਾਂ ਨਾਲ ਜੁੜ ਗਿਆ, ਜਾ ਕੇ ਉਹਨਾਂ ਚੋਰਾਂ ਨਾਲ ਜਦੋਂ ਜੁੜੇਗਾ, ਜਿਵੇਂ ਤੂੰ ਲੋਕਾਂ ਦੀ ਗੱਲ ਕਰੇਗਾ, ਲੋਕ ਵਿਰੋਧੀ ਫੈਸਲੇ ਕਰਨਗੇ, ਤੂੰ ਉਹਨਾਂ ਦੀ ਬਾਂਹ ਨਾਲ ਬਾਂਹ ਜੁੜੇਗਾ। ਹਮਦਰਦ ਹੈ, ਉਹਨਾਂ ਦਾ ਪੂਰਨ ਤੌਰ ਤੇ ਬਾਈਕਾਟ ਕਰਾਂਗੇ, ਪਿੰਡਾਂ ਵਿੱਚ ਵੀ ਸ਼ਹਿਰ ਵਿੱਚ, ਕਿਉਂਕਿ ਸ਼ਹਿਰ ਕਿਸਾਨਾਂ ਦੇ ਸਿਰ ਤੇ ਮਜ਼ਦੂਰਾਂ ਦੇ ਸਿਰ ਤੇ ਚੱਲਦਾ ਹੈ। ਇਸ ਵਾਸਤੇ ਜਿਹੜੇ ਪਿੰਡਾਂ ਦੇ ਵਿੱਚ ਇਹਦੇ ਨਾਲ ਆਉਣਗੇ, ਅਸੀਂ ਉਹਨਾਂ ਦਾ ਖੁੱਲ੍ਹ ਕੇ ਵਿਰੋਧ ਕਰਾਂਗੇ, ਵੋਟ ਪੇਡ ਨਹੀਂ ਕਰਾਂਗੇ। ਇਹ ਜਿੱਥੇ ਸਾਨੂੰ ਰੋਕਣਗੇ ਰੁਕਣ ਨੂੰ ਤਿਆਰ ਆ, ਪਰ ਮੋਦੀ ਦਾ ਜਿਹੜਾ ਉਮੀਦਵਾਰ ਹੈ, ਅਸੀਂ ਜਲਾਲਾਬਾਦ ਦੇ ਵਿੱਚ ਇਹਦਾ ਜੀਰਾ ਆਰਾਮ ਕਰਨ ਦੀ ਇੱਛਾ ਤੱਕ ਜੀ। ਜਿਹੜੀ ਮੋਦੀ ਸਰਕਾਰ ਦਿੱਲੀ ਵਿੱਚ ਲੋਕਾਂ ਦੀਆਂ ਵੱਡਾ ਬਹੁਮਤ ਲੈ ਕੇ ਜਿੱਤ ਕੇ ਜਾਂਦੀ ਏ, ਉਹ ਦਿੱਲੀ ਵਿੱਚ ਉਹ ਕਿਸਾਨਾਂ ਨੂੰ ਮਜ਼ਦੂਰਾਂ ਨੂੰ, ਜਿਹੜੀ ਸਾਡੀ ਲਹਿਰ ਏ ਕਿਰਤੀ ਤਿਰਦੀ ਮਿਹਨਤਕਸ਼ ਲੋਕਾਂ ਦੀ ਲਹਿਰ ਏ, ਉਹਨਾਂ ਨੂੰ ਦਿੱਲੀ ਦੇ ਵਿੱਚ ਨਹੀਂ ਵੜਨ ਦਿੱਤੇ ਜਾਂਦਾ, ਤਾਂ ਫਿਰ ਕਿਵੇਂ ਅਸੀਂ ਉਹਨਾਂ ਦੇ ਕੈਂਡੀਡੇਟਾਂ ਨੂੰ ਹਲਕਿਆਂ 'ਚ ਵੜਨ ਦਿਆਂਗੇ? ਅਸੀਂ ਉਹਨਾਂ ਦਾ ਜਿਉਣਾ ਹਰਾਮ ਕਰ ਦਿਆਂਗੇ, ਜਿਹੜਾ ਮੋਦੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਲੋਕਾਂ ਨਾਲ ਵਾਅਦਾ ਕਰਕੇ, 140 ਕਰੋੜ ਲੋਕਾਂ ਨਾਲ ਵਾਅਦਾ ਕਰਕੇ ਕਿ ਮੈਂ ਇਹ ਤਿੰਨੋਂ ਕਾਨੂੰਨ ਵਾਪਸ ਲੈਣਾ ਆ, ਇਹਨਾਂ ਨੂੰ ਰੱਦ ਕਰਦਾ ਆ, ਉਹ ਮੋਦੀ ਜਿਹੜਾ ਕਹਿੰਦਾ ਮੈਂ ਬੜਾ ਜਿਹੜੀ ਸਾਡੀ ਦੇਸ਼ ਦੀ ਇਕੋਨਮੀ ਹੈ ਉਹਨੂੰ 5 ਟ੍ਰਿਲੀਅਨ ਤੱਕ ਮੈਂ ਲੈ ਗਿਆ, ਉਹ ਮੋਦੀ ਜਿਹੜੇ ਝੂਠੇ ਵਾਅਦੇ ਕਰਦਾ ਹੈ, ਉਹ ਜਾ ਕੇ ਅਗਲੇ ਦਿਨ ਮੁੱਕਰ ਜਾਂਦਾ ਹੈ, ਕੀ ਕਰਦਾ ਹੈ, ਉਹ 3 ਬਿੱਲਾਂ ਨੂੰ ਫਿਰ ਲਾਗੂ ਕਰਨ ਜਾ ਰਿਹਾ ਹੈ। ਇੱਕ ਪਿੰਡ ਦਾ ਮੈਂਬਰ ਕਹਿ ਸਕਦੇ ਹਾਂ, ਜੇ ਉਹ ਵਾਅਦਾ ਕਰ ਲਵੇ ਉਹ ਮੁੱਕਰ ਜਾਵੇ।